नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे यूट्यूब चैनल को सब्सक्राइब करें और फेसबुक पेज को। ਝੂਠੇ ਦਬਾਅ ਬਣਾ ਕੇ ਲੋਕਾਂ ਨੂੰ ਆਪਸ ਸ਼ਾਮਿਲ ਕਰਾਉਣ ਵਾਲਾ ਮੁਰਦਾਬਾਦ। ਵੇਖੋ ਜੀ, ਮਸਲਾ ਇਹੀ ਆ, ਸਰਦਾਰ ਗੁਰਮੀਤ ਸਿੰਘ ਚਾਲ ਜਿਹੜਾ DDPO ਆ, BDO ਇੱਥੇ ਲੱਗਾ ਵਾ, ਇਸ ਬੰਦੇ ਨੇ ਬਹੁਤ ਵੱਡਾ ਘਪਲਾ ਕੀਤਾ ਹੋਇਆ ਸੀ ਬਲਾਕ ਦੇ ਵਿੱਚ, ਜਿਸ ਨੂੰ ਮੈਂ ਪੜ੍ਹਦਾ ਜਿਹੜਾ ਸੀ ਮੇਰੇ ਗਾੜੀ ਜਦੋਂ ਮੈਂ ਚੇਅਰਮੈਨ ਬਣਿਆ ਉਦੋਂ ਸਾਹਮਣੇ ਆਇਆ। ਸਮਿਤੀ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਜਦ ਉਸ ਟਾਈਮ ਮੈਂ ਆਪਣੇ ਅਕਾਊਂਟੈਂਟ ਨੂੰ ਪੁੱਛਿਆ, ਮੈਂ ਕਿਹਾ ਮੇਰੇ ਮੁਲਾਜ਼ਮ ਸਾਰੇ ਸਮਿਤੀ ਦੇ ਜਿਹੜੇ ਤਨਖਾਹਾਂ ਤੋਂ ਰਹਿ ਰਹੇ, ਪੈਸਾ ਕਿੱਥੇ ਆ? ਅਤੇ ਦੱਸਣ ਹੀ ਕੁਝ ਨਾ। ਜਦੋਂ ਮੈਂ ਇਨਕੁਆਇਰੀ ਕਰਾਈ, 45 ਲੱਖ ਰੁਪਈਆ ਜਿਹੜਾ ਸੀ ਗੁਰਮੀਤ ਸਿੰਘ BDO ਨੇ ਜਿਹੜਾ ਜਾਲੀ ਤਰੀਕੇ ਦੇ ਨਾਲ ਜਿਹੜਾ ਸਮਿਤੀ ਦੇ ਅਕਾਊਂਟ 'ਚੋਂ ਕਢਾ ਲਿਆ, ਉਹਦੇ ਵਾਸਤੇ ਮੈਂ ਮੁੜ ਕੇ ਗੁਰਮੀਤ ਸਿੰਘ ਨੂੰ ਪੁੱਛਿਆ, ਮੈਂ ਕਿਹਾ 45,000 ਰੁਪਈਆ ਅੱਜ ਜਮ੍ਹਾਂ ਕਰਾ ਦਿੰਦੇ ਹਾਂ ਜੀ, ਕੱਲ੍ਹ ਕਰਾ ਦਿੰਦੇ ਹਾਂ। ਜਿਹਦੇ ਵਿੱਚ ਉਹਨੇ ਦੱਸਿਆ ਸੀ 3 ਲੱਖ ਰੁਪਈਆ ਜਿਹੜਾ ਉਹ ਅਕਾਊਂਟੈਂਟ ਗੁਰਵਿੰਦਰ ਸਿੰਘ ਜਿਹੜਾ ਉਹਨੇ ਲਿਆ ਵਾ। ਗੁਰਵਿੰਦਰ ਸਿੰਘ 3 ਲੱਖ ਰੁਪਈਆ ਮੈਨੂੰ ਦੁਬਾਰਾ ਜਮ੍ਹਾਂ ਕਰਾ ਗਿਆ, ਉਹਦੇ ਨਾਲ ਮੈਂ ਸਮਿਤੀ ਦੇ ਮੁਲਾਜ਼ਮਾਂ ਦੀ ਤਨਖਾਹਾਂ ਦਿੱਤੀਆਂ। ਇਸ ਬੰਦੇ ਨੂੰ ਮੈਂ ਵਾਰ ਵਾਰ ਕਹਿੰਦਾ ਰਿਹਾ, ਮੈਂ ਕਿਹਾ ਉਹ ਪੈਸੇ ਦੇ ਹੋ, ਇਹਨੇ ਪੈਸੇ ਨਹੀਂ ਦਿੱਤੇ। ਉਸ ਤੋਂ ਬਾਅਦ ਇਸ ਬੰਦੇ ਨੇ ਜਿਹੜੇ ਪੈਸੇ ਆ ਉਹ ਨਜਾਇਜ਼ ਤਰੀਕੇ ਦੇ ਨਾਲ ਸਰਪੰਚਾਂ ਦੀਆਂ ਮਾਣ ਪੱਤੇ ਆਏ ਸੀ ਉਹ ਵੀ ਕਢਾਏ, ਸੇਵਾਦਾਰਾਂ ਦੇ ਪੈਸੇ ਕਢਵਾਏ, ਜਾਲੀ ਤਰੀਕੇ ਦੇ ਨਾਲ 47 ਲੱਖ ਰੁਪਈਆ ਜਿਹੜਾ ਸੀ ਸਮਿਤੀ ਦੇ ਖਾਤੇ ਦੇ ਵਿੱਚ ਇਹ ਬੰਦੇ ਨੇ ਕਢਾਇਆ, ਅਤੇ ਕਢਾਉਣ ਉਸ ਬੰਦੇ ਨੂੰ ਘੱਲਦਾ ਸੀ ਗੁਰਵਿੰਦਰ ਸਿੰਘ ਨੂੰ ਸਾਈਨ ਕਰਕੇ। ਇਹਦੇ 'ਤੇ ਮੈਂ ਪਰਚਾ ਵੀ ਕਰਾਇਆ, ਹੁਣ ਪਰਚੇ ਦੇ ਵਿੱਚੋਂ ਇਹ ਬੰਦਾ ਜਿਹੜਾ ਵਾ ਬੇਗਨਾਹ ਸਾਫ ਆਪਣੇ ਆਪ ਨੂੰ ਕਰ ਗਿਆ, ਜਿਸ ਤਰ੍ਹਾਂ ਵੀ ਕਰਦੇ ਤੁਹਾਨੂੰ ਪਤਾ ਵਾ ਪੁਲਿਸ ਨਾਲ ਮਿਲ ਕੇ ਜਾਂ ਕੁਝ ਵੀ ਕਰਕੇ ਇਸ ਬੰਦੇ ਨੇ ਉਸ ਬੰਦੇ 'ਤੇ ਸਾਰਾ ਭਾਰ ਇਹਨੇ ਸੁੱਟ ਦਿੱਤਾ ਵਾ। ਹੁਣ ਇਸ ਬੰਦੇ ਨੂੰ ਐਡਾ ਕਰਪਟ ਬੰਦਾ ਵਾ, ਇਹਨੂੰ ਸਰਦਾਰ ਮਨਿਆਦੀਆਂ ਸਾਹਿਬ ਨੇ ਹਲਕਾ ਇੰਚਾਰਜ ਜਿਹੜੇ ਉਹਨੂੰ ਇੱਥੇ BDO ਲਿਆ ਕੇ ਲਾਇਆ ਵਾ। ਜਿਹੜਾ 26 ਤਰੀਕ ਨੂੰ 26 ਜਨਵਰੀ ਨੂੰ BDO ਸਾਹਿਬ ਇੱਥੇ ਆਣ ਕੇ ਲੱਗੇ ਸੀ, 16 ਤਰੀਕ ਨੂੰ ਜਿਹੜਾ ਚੋਣ ਜ਼ਾਬਤਾ ਲੱਗਦਾ, ਉਸ ਤੋਂ ਬਾਅਦ ਆ ਜਾਲੀ ਤਰੀਕੇ ਦੇ ਨਾਲ ਇਹ ਬੰਦਾ ਜਿਹੜੇ ਆ ਪੈਸੇ ਕੌਂਡਾਂ ਦੇ ਵਿੱਚੋਂ ਕਢਾ ਰਿਹਾ ਵਾ। ਅਤੇ ਵੇਖੋ ਜਿਹੜੇ ਬੰਦੇ ਨੇ ਲਾਏ ਕਰਪਟ, ਗੁਰਮੀਤ ਸਿੰਘ BDO ਅਟਾਰੀ ਤੋਂ ਖੜ੍ਹਿਆ 50 ਲੱਖ ਦਾ ਗਬਨ, ਭੁਪਿੰਦਰ ਸਿੰਘ ਖੜ੍ਹਿਆ ਉਹ ਵੀ 50 ਲੱਖ ਦਾ ਗਬਨ, ਸਾਰੇ ਬੰਦੇ ਜੇਲ੍ਹਾਂ 'ਚੋਂ ਆਏ ਆ। ਅਤੇ ਜੇਲ੍ਹਾਂ 'ਚੋਂ ਆਣ ਕੇ ਕੋਈ ਗ੍ਰਾਮ ਸੇਵਕ ਲੱਗਾ, ਕੋਈ ਸੈਕਟਰੀ ਲੱਗਾ, ਉਹਨਾਂ ਨੂੰ 50-50 ਪਿੰਡ ਇਹਨੇ ਦੇ ਕੇ, ਅਤੇ ਸਾਰਿਆਂ ਦੇ ਕੋਲੋਂ ਬੜੇ ਐ ਸੁਚੱਜੇ ਤਰੀਕੇ ਦੇ ਨਾਲ ਸਾਫ਼ ਸੁਥਰਾ ਬਣ ਕੇ ਪੈਸੇ ਕੌਂਡਾ 'ਚੋਂ ਕਢਾ ਕਢਾ ਕੇ ਦਿਖਾ ਰਿਹਾ, ਅਤੇ ਮੌਕੇ ਦੇ ਵਿਧਾਇਕ ਨੂੰ ਭਰ ਰਿਹਾ ਅਤੇ ਉਹਦੀਆਂ ਮੱਤਾਂ ਕਰ ਰਿਹਾ ਵਾ, ਅਤੇ ਦੂਜਿਆਂ ਬੰਦਿਆਂ ਦੇ ਉੱਤੇ ਨਜਾਇਜ਼ ਚਿੱਠੀਆਂ ਕੱਢ ਕੱਢ ਕੇ, ਹਰੈਸਮੈਂਟ ਜਿਨ੍ਹਾਂ ਦੀਆਂ ਜੂਸੀਆਂ ਵੀ ਨਿਕਲੀਆਂ ਉਹਨਾਂ ਨੂੰ ਵੀ ਚਿੱਠੀਆਂ ਕੱਢਣ ਡਿਆ ਵਾ, ਅਤੇ ਦਬਾਅ ਬਣਾਇਆ ਉਹਨਾਂ ਨੂੰ, ਸਾਰੇ ਬੰਦੇ ਜਿਹੜੇ ਆ ਆਪ ਪਾਰਟੀ ਦੇ ਵਿੱਚ ਸ਼ਾਮਲ ਹੋ ਅਤੇ ਆਪ ਨੂੰ ਵੋਟਾਂ ਪਾਓ। ਅੱਜ ਦਾ ਕੀ ਮਸਲਾ ਜਿਹੜਾ ਇੱਥੇ? ਅੱਜ ਦਾ ਤਰੀਕਾ ਇਹ ਸੀ ਜੀ, ਮੈਨੂੰ ਇਹਨੇ ਬੜਾ ਦਬਾਅ ਬਣਾਇਆ, ਮੈਨੂੰ ਆਪ ਪਾਰਟੀ 'ਚ ਵੈਂਡ ਕਰ ਲਾ, ਜਿਹਦੇ ਉੱਤੇ ਮੈਂ ਚੇਅਰਮੈਨ ਜੀ ਤੁਹਾਡੇ ਨਾਲ ਪਿਛਲੀਆਂ ਗੱਲਾਂ ਭੁੱਲ ਜਾਂਦਾ, ਤੁਸੀਂ ਆਪ ਜੁਆਇਨ ਕਰ ਲਓ। ਮੈਂ ਇਹਨੂੰ ਕਿਹਾ ਮੈਂ ਆਪ ਜੁਆਇਨ ਕਦੀ ਨਹੀਂ ਕਰ ਸਕਦਾ, ਮੈਂ ਸਰਕਾਰ ਮਾਣਯੋਗ ਸਰਕਾਰੀ ਸਾਹਿਬ ਦੇ ਮੈਂ ਕੰਮਾਂ ਤੋਂ ਖੁਸ਼ ਹਾਂ, ਉਹਨਾਂ ਨੇ ਬਹੁਤ ਹਲਕੇ ਦਾ ਵਿਕਾਸ ਕਰਦੇ ਆ, ਮੈਂ ਉਹਦੇ ਨਾਲ ਹੈ, ਮੈਂ ਐਵੇਂ ਕਿਸੇ ਬੰਦੇ ਦਾ ਨਾਲ ਨਹੀਂ ਤੁਰਦਾ, ਮੈਂ ਚੰਗੇ ਬੰਦੇ ਦੇ ਨਾਲ ਤੁਰਦਾ, ਮੈਂ ਪਾਰਟੀ ਜੁਆਇਨ ਨਹੀਂ ਕਰ ਸਕਦਾ ਹਰ ਕੰਮ ਦੇ ਉੱਤੋਂ। ਇਸ ਟਾਈਮ 'ਤੇ ਮੈਨੂੰ ਇਹ ਬੰਦੇ ਨੇ ਹਰਾਸਮੈਂਟ ਕਰ ਰਿਹਾ ਅਤੇ ਦਬਾਅ ਮੇਰੇ 'ਤੇ ਬਣਾਇਆ, ਮੈਂ ਕਿਸੇ ਤਰ੍ਹਾਂ ਪਾਰਟੀ ਛੱਡ ਕੇ ਅਤੇ ਆਪ ਪਾਰਟੀ 'ਚ ਪਾਰਟੀ ਜੁਆਇਨ ਕਰ ਲਵੇ। ਮੈਂ ਮਾਣਯੋਗ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਵਾਂ, ਆਪਦੇ ਹੱਥ 'ਚ ਇਸ ਟਾਈਮ ਪੰਜਾਬ ਦੀ ਸਾਰੀ ਤਾਕਤ ਆ, ਇਹ ਬੰਦਾ ਵੇਖੋ ਕਿਹੜੇ ਤਰੀਕੇ ਦੇ ਨਾਲ ਬੰਦਿਆਂ ਨੂੰ ਸਾਡੇ ਸਰਪੰਚਾਂ ਨੂੰ ਹਰੈਸਮੈਂਟ ਕਰ ਰਿਹਾ ਹੈ। ਇਸ ਟਾਈਮ ਲੋਕ ਕੋਡ ਆਫ ਕਨਕਟ ਲੱਗਾ ਆ, ਚਿੱਠੀਆਂ ਕੱਢ ਕੱਢ ਕੇ ਜੂਸੀਆਂ ਨਿਕਲਿਆ ਨੂੰ ਤੰਗ ਕਰਕੇ ਸਰਪੰਚਾਂ ਨੂੰ ਦਬਾਅ ਬਣਾ ਕੇ ਉਹਨਾਂ ਨੂੰ ਅਤੇ ਆਪਦੇ ਵੱਲ ਜਿਹੜਾ ਵਾ ਪ੍ਰੇਰਨਾ ਕਰ ਰਿਹਾ ਵੋਟਾਂ ਪਾਉਣ ਦੀਆਂ।
ਫਿਰ ਅੱਜ ਦੀ ਤਰੀਕ ਦੇ ਵਿੱਚ ਮੈਂ ਮਾਣਯੋਗ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ 109 ਪੰਚਾਇਤਾਂ ਦੇ ਖਾਤੇ ਚੈੱਕ ਕੀਤੇ ਜਾਣ, ਸਾਰਿਆਂ ਦੇ ਉੱਤੇ ਜਾਲੀ ਤਰੀਕੇ ਦੇ ਨਾਲ ਪੈਸੇ ਕਢਾ ਕੇ ਅਤੇ ਗਬਨ ਕਰ ਗਿਆ ਵਾ। ਅਤੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੀਨੀਅਰ ਅਫਸਰ ਸਾਡੇ ਕਿਉਂ ਸੁੱਤੇ ਆ, ਸਾਰੇ ਅਕਾਊਂਟਾਂ 'ਚ ਚੈੱਕ ਕਰ ਲਓ। ਕੱਲ੍ਹ ਜਿਹੜਾ ਵਾ ਪੈਸੇ ਭਿੰਡੀਆਂ ਸ਼ਹੀਦਾਂ ਦੇ ਨਿਕਲੇ ਆ, 5 ਲੱਖ ਰੁਪਈਆ ਕੋਈ ਕੰਮ ਨਹੀਂ ਚੱਲ ਰਿਹਾ। ਇੱਕ 50 ਫੁੱਟ ਪੋਰੇ ਪਏ ਆ, ਪਰਸੋਂ ਜਸਰਾਹੁਰ ਦਾ 5 ਲੱਖ ਕਢਾਇਆ ਵਾ, ਕੋਈ ਕੰਮ ਨਹੀਂ ਚੱਲ ਰਿਹਾ। ਮੇਰੇ ਖੁਦ ਪਿੰਡ ਦੇ ਵਿੱਚ ਜਿਹੜਾ ਵਾ 16 ਲੱਖ ਰੁਪਈਏ ਦੇ ਕਰੀਬ ਇਹਨੇ ਕਢਾਏ ਆ, ਕੋਈ ਕੰਮ ਨਹੀਂ ਚੱਲਦਾ ਪਿਆ। ਇਹਨੂੰ ਵੇਖੋ ਆਣ ਕੇ। ਮੈਂ ਮਾਣਯੋਗ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ, ਮੀਡੀਆ ਦੇ ਜ਼ਰੀਏ ਐਡਾ ਕਰਪਟ ਅਫਸਰ ਜਿਹੜਾ ਇੱਥੇ ਲਾਇਆ ਗਿਆ ਵਾ, ਜਿਹਨੂੰ ਕੋਈ ਡਰ ਹੀ ਨਹੀਂ, ਜਿਹਨੂੰ ਕੋਈ ਭੈ ਹੀ ਨਹੀਂ ਹੈਗਾ ਦੁਨੀਆ ਦਾ, ਲਾ ਦਾ ਨਹੀਂ ਹੈਗਾ, ਕਾਨੂੰਨ ਦਾ ਨਹੀਂ ਹੈਗਾ। ਮੇਰੇ ਕੋਲ ਸਾਰਾ ਰਿਕਾਰਡ ਆ, ਮੈਂ ਸਾਰਾ ਰਿਕਾਰਡ ਜਿਹੜਾ ਮੀਡੀਆ ਦੇ ਸਾਹਮਣੇ ਵਿਖਾ ਸਕਦਾ, ਇਹ ਬੰਦੇ ਦੇ ਉੱਤੇ ਕਿੰਨੇ ਪਰਚੇ ਆ ਅਤੇ ਕਿਹੜੇ ਕਿਹੜੇ ਮਸਲੇ। ਪੈਲੀ ਦਾ ਤੁਹਾਡਾ ਕੀ ਮਸਲਾ ਹੈ ਜਿਹੜਾ ਪੈਲੀ ਦਾ? ਵੇਖੋ ਜੀ, ਪੈਲੀ ਦਾ ਕੋਈ ਮਸਲਾ ਨਹੀਂ ਹੈਗਾ, ਪੈਲੀ ਮੇਰੀ ਮਾਲਕੀ ਆ, ਸੁਪਰੀਮ ਕੋਰਟ ਦਾ ਮੇਰਾ ਸਟੇ ਆ। 1993 ਦਾ ਲਿਆ ਕੇ ਇੱਕ ਫੈਸਲਾ ਲਿਆ ਕੇ ਤਾਂ ਉਹਦੇ ਉੱਤੇ ਮੈਨੂੰ ਬਣਾ ਕੇ, ਮੇਰੇ 'ਤੇ ਦਬਾਅ ਬਣਾ ਕੇ ਕਹਿੰਦਾ ਵੀ ਮੈਂ ਦਖਲ ਲੈਣਾ ਵਾ, ਜਿਹਦੇ ਵਾਸਤੇ ਮਾਣਯੋਗ ਸਾਡੇ ਬਲਾਕ ਦੇ ਅਤੇ ਸਾਡੇ ਮਾਲ ਮਹਿਕਮੇ ਦੇ ਅਫਸਰ ਆਏ ਆ ਦਖਲ ਲੈਣ ਵਾਸਤੇ, ਜਿਹਨਾਂ ਨੂੰ ਮੈਂ ਆਪਣੇ ਡਾਕੂਮੈਂਟ ਜਾਂ ਸਟੇ ਵਿਖਾ ਕੇ ਵੀ ਤਾਂ ਆਖਿਆ ਮੇਰੀ ਮਾਲਕੀ ਆ, ਬਿਲਕੁਲ ਨਹੀਂ। ਕਿੰਨਾ ਥਾਂ ਦੀ ਮਾਲਕੀ? ਕਿੰਨਾ ਜੀ? ਇਹ 46 ਕਨਾਲ 8 ਮਰਲੇ ਥਾਂ ਜੀ। ਇਹ ਕਦੋਂ ਦਾ ਵਗਦਾ ਆ ਰਿਹਾ ਤੁਹਾਡੇ? ਇਹ ਮੇਰੇ ਕੋਲ ਮੇਰੇ ਪਿਓ ਦਾਦਿਆਂ ਤੋਂ ਵਗਦਾ ਆਉਂਦਿਆ ਜੀ, ਕੋਈ 40-50 ਮੇਰੀ ਸੰਭਾਲ ਤੋਂ ਪਹਿਲਾਂ ਦਾ ਵਗਦਾ ਆਉਂਦਿਆ ਵਾ ਜੀ ਸਾਡੇ ਕੋਲ। ਅੱਜ ਇਹ ਮੇਰੇ 'ਤੇ ਇੰਨਾ ਦਬਾਅ ਬਣਾ ਕੇ, ਕਿਸ ਚੀਜ਼ ਦਾ ਦਬਾਅ ਬਣਾਉਂਦੇ? ਮੇਰੇ ਕੋਲ ਪਹਿਲੀ ਫੋਨ ਪਰਚਿਆਂ ਦਾ ਕਰ ਰਿਹਾ ਵਾ, ਮੇਰੇ 'ਤੇ ਮੈਂ ਪਰਚੇ ਕਰਾਊਂਗਾ ਤੇਰੇ ਉੱਤੇ, ਕਿਉਂ ਮੇਰੀ ਵਾਈਫ ਜਿਹੜੀ ਉਹ ਪਿੰਡ ਦੀ ਸਰਪੰਚ ਆ, ਉਹਦੇ ਵਿੱਚ ਵੀ ਇਹਨੇ ਜਲ ਮੈਨੂੰ ਚਿੱਠੀਆਂ ਕੱਢੀਆਂ ਵਾ ਜਿਹਦੀਆਂ ਮੇਰੀਆਂ ਜੂਸੀਆਂ ਵੀ ਨਿਕਲ ਚੁੱਕੀਆਂ ਵਾ, ਕੁਝ ਮੇਰੇ ਕੰਮ ਲੀਗਲ ਤੌਰ 'ਤੇ ਹੋ ਚੁੱਕੇ ਆ, ਜਿਨ੍ਹਾਂ ਦੀਆਂ ਮਿੰਨਤੀਆਂ ਕਰਕੇ ਮੈਂ ਸਰਕਾਰ ਕੋਲ ਪੈਸਾ ਲੈਣਾ ਵਾ, ਉਹਦੇ ਬਾਰੇ ਵੀ ਸਾਰਾ ਮੈਂ ਸਰਕਾਰ ਨੂੰ ਵੀ ਜਾਣੂ ਕਰਾਇਆ, DC ਸਾਹਿਬ ਨੂੰ ਵੀ ਚਿੱਠੀ ਦਿੱਤੀ ਆ, ਮਾਣਯੋਗ ਡਾਇਰੈਕਟਰ ਸਾਹਿਬ ਨੂੰ ਮੈਂ ਚਿੱਠੀ ਕੱਢੀ ਆ, ਪਰ ਇਹ ਸਾਰੀਆਂ ਚੀਜ਼ਾਂ ਤੋਂ ਬਾਵਜੂਦ ਇਹਨੇ ਇਸ ਮੇਰੇ 'ਤੇ ਦਬਾਅ ਬਣਾਇਆ ਵਾ। ਮੈਂ ਕਾਂਗਰਸ ਪਾਰਟੀ ਤੋਂ ਤੈਨੂੰ ਛਡਾ ਕੇ ਮੈਂ ਆਹ ਪਾਰਟੀ ਜੁਆਇਨ ਕਰਾਉਣੀ ਆ, ਜਿਹਦੇ ਵਾਸਤੇ ਮੈਂ ਆਪਣੀ ਜ਼ਮੀਰ 'ਤੇ ਖੜਾ ਵਾਂ, ਮੈਂ ਐਵੇਂ ਪਾਰਟੀਆਂ ਦੇ ਦਲ ਬਦਲੂ ਬੰਦਾ ਨਹੀਂ ਹੈਗਾ। ਅੱਜ ਇੱਧਰੋਂ ਅੱਜ ਇਹ ਦਬਾਉਣਗੇ ਭਲਕੇ ਕੋਈ ਕੰਬਲ ਵਾਲਾ ਆਜੂ, ਪਰਸੋਂ ਕੋਈ ਆਜੂਗਾ, ਮੈਂ ਆਪਣੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ। ਮਾਣਯੋਗ ਸਰਕਾਰੀਆ ਸਾਹਿਬ ਨੇ ਮੈਨੂੰ ਬਹੁਤ ਵਡਿਆਈ ਦਿੱਤੀ ਸੀ, ਜਿਹਦੇ ਕਰਕੇ ਉਹਨਾਂ ਮੈਨੂੰ ਸਰਪੰਚ ਵੀ ਬਣਾਇਆ, ਚੇਅਰਮੈਨ ਵੀ ਬਣਾਇਆ ਸੀ, ਪਰ ਉਹਨਾਂ ਦੀ ਮੈਂ ਇਸ ਗੱਲ ਤੋਂ ਖੁਸ਼ ਹਾਂ ਸਰ, ਜਿੰਨਾ ਉਹਨਾਂ ਵਿਕਾਸ ਕੀਤਾ ਅਤੇ ਉਹ ਕਰਾਉਂਦੇ ਆ, ਪਰ ਇਹ ਕਰਪਟ ਬੰਦਾ ਜਿਹੜਾ ਵਾ ਇਹਨੇ ਸਾਡੇ ਬਲਾਕ ਦਾ ਸੱਤਿਆਨਾਸ਼ ਕਰ ਲਿਆ। ਜਿਹੜੇ ਮਹਿਕਮੇ ਆਏ ਇਹਨਾਂ ਕੀ ਕਿਹਾ, ਕੀ ਵੇਖ ਕੇ ਗਏ ਤੁਹਾਡੇ ਕੋਲ? ਇਹਨਾਂ ਨੇ ਮੇਰੇ ਕੋਲ, ਮੈਂ ਮੌਕੇ ਦਾ ਆਪਣੇ ਡਾਕੂਮੈਂਟ ਵਿਖਾਏ ਆ ਜੀ ਇਹਨਾਂ ਨੂੰ, ਮੇਰੇ ਆਹ ਡਾਕੂਮੈਂਟ ਜੋ ਮੇਰੇ ਕੋਲ ਆ, ਮੇਰੇ ਕੋਲ ਪੈਲੀ ਦਾ ਰਜਿਸਟਰ ਹੀ ਨਹੀਂ ਬਣਦਾ, ਕਿਵੇਂ ਦਖਲ ਲੈ ਲਓਗੇ ਤੁਸੀਂ? ਉਹ ਮਾਣਯੋਗ ਗੁਰਦੌਰ ਸਾਹਿਬ ਕਾਨਗੋ ਸਾਹਿਬ ਆਏ ਆ, ਉਹਨਾਂ ਨੇ ਕਾਗਜ਼ ਵੇਖ ਕੇ ਕਹਿੰਦੇ ਅਸੀਂ ਆਪਣੇ ਕਾਗਜ਼ਾਂ ਦੀ ਸਕਰੀਨ ਕਰ ਲੈਂਦੇ ਹਾਂ, ਠੀਕ ਆ ਜੇ ਤੁਹਾਡੇ ਹੱਕ ਦੇ ਵਿੱਚ ਤਾਂ ਕੋਈ ਦਖਲ ਨਹੀਂ। ਕੀ ਮੰਗ ਕਰਦੇ ਤੁਸੀਂ ਹੁਣ? ਕੀ ਅਸੀਂ ਚੋਣ ਕਮਿਸ਼ਨ ਤੋਂ ਇਹ ਮੰਗ ਕਰਦੇ ਹਾਂ, ਜਿਹੜਾ ਕਰਪਟ ਵੀਡੀਓ ਵਾ, ਜਿਹਨੇ ਮੁਲਾਜ਼ਮ ਵਿਚਾਰੇ ਮਾਰ ਘੱਤੇ ਆ, ਜਿਹਨੇ ਮੁਲਾਜ਼ਮਾਂ ਦੇ ਮਾਣ ਭੱਤੇ ਖਾਧੇ ਆ, ਜਿਹਨੇ ਪੰਚਾਇਤਾਂ ਦਾ ਪੈਸਾ ਗਲਤ ਤਰੀਕੇ ਦੇ ਨਾਲ 109 ਪੰਚਾਇਤਾਂ ਨੂੰ ਭੇਜ ਕੇ ਖੜਿਆ, ਜਿਹੜਾ ਕੋਰਟ ਆਫ ਕੰਡਕਟ ਦੀ ਅੱਜ ਤੱਕ ਪਰਵਾਹ ਨਹੀਂ ਕਰ ਰਿਹਾ, ਇਹ ਵੀਡੀਓ ਸਸਪੈਂਡ ਕਰਕੇ ਤਾਂ ਘਰ ਪਾਇਆ ਜਾਵੇ। ਜੇ ਮਾਣਯੋਗ ਚੋਣ ਕਮਿਸ਼ਨ ਨਾ ਇਸ ਚੀਜ਼ ਦਾ ਲਊਗਾ ਸਟੈਂਡ, ਮੈਂ ਆਪ ਜੀ ਦੇ ਇਸੇ ਵੀਡੀਓ ਦੇ ਲਿਖ ਕੇ ਜ਼ਰੀਏ ਮੈਂ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਊਂਗਾ। ਵਾਹਿਗੁਰੂ ਜੀ ਕਾ ਖਾਲਸਾ। ਪਿੰਡ ਬਣੀ ਇਹਦੇ ਵਿੱਚ ਕੀ ਮਸਲਾ ਜੀ? ਬਣੀ ਕਿ ਸਾਨੂੰ DDP ਸਾਹਿਬ ਵੱਲੋਂ ਇੱਕ ਦਖਲ ਦੀ ਕਾਰਵਾਈ ਕਰਨ ਦਾ ਆਰਡਰ ਸੀਗਾ, ਇੱਥੇ ਮੌਕੇ 'ਤੇ ਆਏ ਹਾਂ ਅਤੇ ਸਰਦਾਰ ਭੇਜ ਸਿੰਘ ਹੋਣਾ ਨੇ, ਚੇਅਰਮੈਨ ਸਾਹਿਬ ਹੋਣਾ ਨੇ ਸਾਨੂੰ ਸੁਪਰੀਮ ਕੋਰਟ ਦੇ ਆਰਡਰ ਦੀ ਇੱਕ ਕਾਪੀ ਦਿੱਤੀ ਆ, ਉਹਦੇ ਮੁਤਾਬਕ ਅਸੀਂ ਅਫਸਰਾਂ ਨੂੰ ਲਿਖ ਦਿੱਤਾ ਕਿ ਜੋ ਅਫਸਰ ਸਾਨੂੰ ਹੁਕਮ ਦੇਣਗੇ ਉਹਦੇ ਮੁਤਾਬਕ ਅਗਲੀ ਨੈਕਸਟ ਕਾਰਵਾਈ ਹੋਏਗੀ।